ਆਪਣੇ ਸਹੁਰੇ ਜਾ ਰਹੇ ਸ਼ਖਸ ਦਾ ਰਸਤੇ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਲਾਸ਼ ਮਿਲਣ ਦੇ ਨਾਲ ਸੰਸਰੀ ਫੈਲ ਗਈ। ਰਸਤੇ ਦੇ ਵਿੱਚ ਹੀ ਬਦਮਾਸ਼ਾਂ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ। ਅਜਨਾਲਾ ਦੇ ਪਿੰਡ ਭਿੰਡੀਆਂ ਸੈਦਾਂ ਦਾ ਇਹ ਸ਼ਖਸ ਰਹਿਣ ਵਾਲਾ ਸੀ ਔਰ 16 ਸਾਲ ਇਸ ਦੇ ਵਿਆਹ ਨੂੰ ਹੋ ਚੁੱਕੇ ਸੀ। ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਗਿਆ ਤਾਂ ਰਸਤੇ ਦੇ ਵਿੱਚ ਬਦਮਾਸ਼ਾਂ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦ ਸਹੁਰੇ ਨਹੀਂ ਪੁੱਜਿਆ ਤਾਂ ਇਸ ਦੀ ਤਲਾਸ਼ ਸ਼ੁਰੂ ਕੀਤੀ। ਦੇਖਿਆ ਤਾਂ ਰਸਤੇ ਦੇ ਵਿੱਚ ਲੇਟਿਆ ਹੋਇਆ ਸੀ, ਕਤਲ ਕੀਤਾ ਹੋਇਆ ਸੀ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ, ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਤਾਂ ਵੇਖਣ ਦੇ ਵਿੱਚ ਇਹ ਲੱਗ ਰਿਹਾ ਜਿਸ ਤਰੀਕੇ ਦੇ ਨਾਲ ਇਸ ਦਾ ਕਤਲ ਕੀਤਾ ਗਿਆ ਹੋਵੇ। ਫਿਲਹਾਲ ਪੁਲਿਸ ਦੇ ਵੱਲੋਂ ਧਾਰਾ 302 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਔਰ ਦੂਜੇ ਪਾਸੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ। ਤਾਂ ਦੱਸ ਦਈਏ ਕਿ ਸਹੁਰੇ ਜਾ ਰਹੇ ਸ਼ਖਸ ਦਾ ਰਸਤੇ ਦੇ ਵਿੱਚ ਘੇਰ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਸਰ ਇਹ ਆਪਣਾ ਜੀਜਾ ਸੀ ਮੇਰਾ, ਇਹ ਸ਼ਾਮੀ ਇੱਥੇ ਬਾਬਾ ਪੀਰ ਦੀ ਜਗ੍ਹਾ ਦੇ ਮੱਥਾ ਟੇਕਣ ਆਏ ਜੀ। ਕਿਹੜੀ ਜਗ੍ਹਾ ਤੇ? ਬਾਬਾ ਬੋੜ ਸ਼ਾਹ ਸੋਹਵਾਲ ਦੇ ਮੰਡ ਬਾਲ ਲਵੇ ਦਰਿਆ ਦੇ ਲਾਗੇ ਮੰਡ ਪਿੰਡਾ ਗੜੀ। ਪਰ ਜੀ ਜੀ ਕਿਹੜੇ ਪਿੰਡ ਹੈ? ਕੀ ਨਾਮ ਹੈ? ਅਮਰਜੀਤ ਸਿੰਘ ਨਾਮ ਹੈ, ਪਿਤਾ ਦਾ ਨਾਮ ਮਹਿੰਦਰ ਸਿੰਘ ਹੈ। ਹਾਂਜੀ, ਕਿੱਥੇ ਰਹਿੰਦੇ? ਤੇ ਪਿੰਡ ਨੈਣਪੁਰ ਦੀ ਬੋਲਦੇ। ਅੱਛਾ, ਨੈਣਪੁਰ ਉਦੋਂ ਸਰ ਇਹ ਆਏ ਤੇ ਇਹਨਾਂ ਦੇ ਬ੍ਰਦਰ ਨੇ ਕੀਤਾ ਫੋਨ ਸਾਨੂੰ ਵੀ ਉਹਦਾ ਫੋਨ ਬੰਦ ਪਿਆ, ਹੁਣ ਲੱਗਦਾ ਨਹੀਂ ਪਿਆ ਫੋਨ। ਅਸੀਂ ਇਸ ਤਰ੍ਹਾਂ ਫੋਨ ਲਾਇਆ ਤਾਂ ਕਿਹਾ ਸੋਚਿਆ ਉਸਦਾ ਵੈਸੇ ਬੰਦ ਹੋ ਗਿਆ ਹੋਣਾ। ਤੇ ਜਦ ਸ਼ਾਮ ਮੇਰੀ ਮੈਡੀਕਲ ਸ਼ੋਪ ਦੀ ਦੇਖ ਵਰਤ ਗਏ ਤੇ ਉੱਥੇ ਰਾਤ ਹੁੰਦਾ ਪਿਆ ਸੀ, 9:30 ਦਾ ਟਾਈਮ ਸੀ। ਮੈਨੂੰ ਪਤਾ ਲੱਗਿਆ ਉੱਥੇ ਕਿਸੇ ਨੇ ਕਿਸੇ ਆਦਮੀ ਨੂੰ ਮਨ ਪਛਾਤੇ ਬੰਦਿਆਂ ਨੇ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਤਾਂ ਜਨਤਾ ਜ਼ਿਆਦਾ ਇਕੱਠੀ ਹੋਈ ਸੀ, ਮੈਂ ਵੀ ਗਿਆ ਵੇਖਿਆ, ਮੈਂ ਦੇਖ ਰਿਹਾ ਕਿਹੜਾ ਬੰਦਾ ਉੱਧਰ ਦੇਖਿਆ ਤੇ ਆਪਣਾ ਰਿਸ਼ਤੇ ਸਾਡੇ ਜੀ ਜੀ ਕਹਿ ਮੁੜੀ ਕਹਿੰਦੇ। ਹਾਂਜੀ, ਮੈਂ ਤਾਂ ਉਸ ਟਾਈਮ ਚੌਕ ਤੱਕ ਨਹੀਂ ਸੋਚਿਆ, ਹੁਣ ਤੁਹਾਨੂੰ ਪਤਾ ਕਤਲ ਹੋ ਜਾਏ ਤਾਂ ਕੀ ਸੋਚੂਗੀ ਰਿੰਦੀ। ਤੇ ਸਾਨੂੰ ਸਾਰਾ ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਬੰਦੇ ਦੀ ਭਾਲ ਕਰਕੇ, ਇੰਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ, ਇਨਸਾਫ਼ ਮਿਲਣਾ ਚਾਹੀਦਾ। ਮਿਸਤਰੀ ਸੀ ਮਾਰਨ ਵਾਸਤੇ ਪੂਰਾ ਪਲਾਨ ਬਣਾਇਆ ਗਿਆ ਮਾਰਨਾ। ਹੁਣ ਸੰਗਲੈਂਡ ਕੀਤੀਆਂ, ਰਾਤ ਪੁਲਿਸ ਆਈ ਸੀ, ਅੱਜ ਸਾਹਿਬ ਗਏ ਸੀ ਤੇ ਉਹਨਾਂ ਕਾਲ ਟਰੈਸ ਕੀਤੀ। ਵੇਖੋ ਜਿਹੜੇ ਜੇ ਕਾਲ ਟਰੈਸ ਚਾਹੇ, ਵੇਖੋ ਕਿਹਨੂੰ ਕਾਲ ਕੀਤੀ, ਕਿਹੜਾ ਬੰਦਾ ਲਾਸਟ ਕਾਲ ਵਾਲਾ ਉਹ ਚੱਕਣਗੇ, ਸਾਨੂੰ ਇਨਸਾਫ਼ ਮਿਲੇਗਾ। ਫਿਰ ਮੰਗ ਸਾਨੂੰ ਇਹ ਪ੍ਰਸ਼ਾਸਨ ਤੋਂ ਮੰਗ ਕੇ ਸਾਨੂੰ ਇਨਸਾਫ਼ ਮਿਲ ਜਾਏ, ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਜ਼ਾ ਮਿਲੇ, ਸਾਨੂੰ ਅਪਰਾਧੀ ਸਾਹਮਣੇ ਹੋਣੀ ਚਾਹੀਦੀ ਹੈ। ਨਾ ਅੱਜ ਉਹ ਰਸਤਾ ਚੱਲਦਾ, ਵੇਖੋ ਉੱਧਰ ਅੱਜ ਇਹਦੇ ਨਾਲ ਕੱਲ੍ਹ ਹੋਰ ਕਿਤੇ ਆਏਗਾ। ਆਪਣੇ ਏਰੀਏ 'ਚ ਪਹਿਲੀ ਵਾਰ ਦਾ ਥੋੜ੍ਹੀ, ਅੱਗੇ ਕਦੇ ਇਸ ਦਾ ਖਤਮ ਨਹੀਂ ਹੋਇਆ। ਅਮਰਜੀਤ ਸਿੰਘ ਇਹ ਗਏ ਨੇ ਮਿਲਣ, ਗਏ ਨੇ 16 ਸਾਲ ਹੋ ਗਏ ਨੇ।
ਕੀ ਮਿਲਣ ਗਏ ਨੇ? ਆਪਣੇ ਸਹੁਰੇ ਨੂੰ ਮਿਲਣ ਗਏ ਨੇ। ਹਾਂਜੀ, ਰਾਹ ਜੇ ਇਹਨਾਂ ਬੰਦੇ ਪੈ ਗਏ, ਇਹਦੀ ਮੌਤ ਕਰ ਦਿੱਤੀ। ਇਕੱਲੇ ਗਏ? ਹਾਂਜੀ, ਇਕੱਲੇ ਗਏ ਨੇ। ਅੱਗੇ ਬਾਬਾ ਮੁਰਾਦ ਸਾਹਿਬ? ਹਾਂਜੀ, ਉੱਥੇ ਬਾਬਾ ਬੁਰ ਸਾਹਿਬ, ਹਾਂਜੀ, ਉੱਥੇ ਗਏ ਨੇ। ਉੱਥੋਂ ਮੱਥਾ ਟੇਕ ਕੇ ਤੇ ਗਾਂ ਜਾਣ ਲੱਗੇ ਨੇ। ਅੱਗੋਂ ਬੰਦੇ ਪੈ ਰਹੇ, ਉਹਨਾਂ ਦੀ ਮੌਤ ਕਰ ਦਿੱਤੀ। ਤੇ ਸਾਨੂੰ ਡੈਡ ਬੋਡੀ ਉੱਥੋਂ ਮਿਲੀ ਕਣਕ ਦੇ ਵਿੱਚੋਂ। ਸਾਨੂੰ ਦੱਸਿਆ ਨੰਬਰ ਪਲੇਟ, ਅਸੀਂ ਨੰਬਰ ਦੱਸਿਆ ਮੋਟਰਸਾਈਕਲ ਦਾ, ਵੀ ਇੰਨਾ ਸਾਡਾ ਨੰਬਰ ਅਸੀਂ ਲੱਭਦੇ ਫਿਰੇ ਹਾਂ, ਸਾਨੂੰ ਲੱਭਾ ਨਹੀਂ। ਫਿਰ ਜਾ ਕੇ ਉੱਥੋਂ ਫੋਨ ਆਇਆ ਵੀ ਇੱਥੇ ਆਣ ਕੇ ਤੁਹਾਡਾ ਬੰਦਾ ਅਸੀਂ ਲਿਆਂਦਾ ਜਾ ਕੇ। ਤੇ ਇਹ ਸਾਨੂੰ ਇਨਸਾਨ ਮਿਲਣਾ ਚਾਹੀਦਾ ਵੀ ਸਾਡਾ। ਹਾਂਜੀ, ਘਰੋਂ ਇਹ ਨਿਕਲੇ ਨੇ ਕੋਈ ਤਕਰੀਬਨ 3 ਵਜੇ ਦਾ ਟਾਈਮ। ਹਾਂਜੀ, ਤੁਹਾਨੂੰ ਕਿੰਨੇ ਵਜੇ ਫੋਨ ਆਇਆ? ਫੋਨ ਸਾਨੂੰ ਆਇਆ 9 ਵਜੇ। ਹਾਂਜੀ, ਰਾਜਨੀਤੀ ਦਾ ਕੰਮ ਕਰਦਾ, ਦਿਹਾੜੀ ਦਫਾ ਕਰਦਾ। ਬੱਚੇ ਇਹਨਾਂ ਦੇ 4 ਨੇ, 2-3 ਗੁੱਡੀਆਂ ਨੇ, ਇਹ ਕਰਦਾ। ਹਾਂਜੀ, ਅਸੀਂ ਇਹ ਕਰਨੇ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ, ਜਿਹੜਾ ਕਾਰਵਾਈ ਸਖ਼ਤ ਹੋਣੀ ਚਾਹੀਦੀ ਇਹਨਾਂ ਦਾ, ਜਿਹੜਾ ਕਦਲ ਦਾ ਪੈਣਾ ਚਾਹੀਦਾ। ਹਾਂਜੀ ਸਰ, ਇੱਕ ਮਾਮਲਾ ਆਇਆ ਕਤਲ ਦਾ ਮਾਮਲਾ, ਕਹਿ ਰਹੇ ਨੇ ਕਿ ਇਹਨਾਂ ਦਾ ਪੋਸਟਮਾਰਟਮ ਹੋ ਰਿਹਾ। ਇਹਨਾਂ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੇ ਜਿਵੇਂ ਸੱਟਾ ਫੱਟਾ ਦੇਖੇ ਵੀ ਕਤਲ ਲੱਗਦਾ, ਕੀ ਕਹਿਣਾ ਚਾਹੋਗੇ? ਹਾਂ, ਨਿਸ਼ਚਿਤ ਤੌਰ ਤੇ ਤਾਂ ਸਾਨੂੰ ਵੀ ਕਤਲ ਹੀ ਲੱਗਦਾ, ਤੇ ਕਤਲ ਦਾ ਹੀ ਅਸੀਂ ਕੇਸ ਰਜਿਸਟਰ ਕੀਤਾ, FIR ਨੰਬਰ 45 ਦੇ ਸੰਬੰਧ ਵਿੱਚ ਦਰਜ ਕੀਤੀ ਹੈ। ਅਗਲੀ ਇਨਵੈਸਟੀਗੇਸ਼ਨ ਜਾਰੀ ਹੈ, ਉਮੀਦ ਆ ਵੀ 1-2 ਦਿਨ ਦੇ ਵਿੱਚ ਇਹਨੂੰ ਟਰੇਸ ਆਊਟ ਕੀਤਾ ਜਾਏ। ਜਦੋਂ ਕਿ ਉੱਥੇ ਤੁਹਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਜਦੋਂ ਉਸਨੂੰ ਵੇਖਿਆ ਜਾਂਦਾ ਤਾਂ ਕੀ ਲੱਗਦਾ ਕਿ ਵੀ ਉਸ 'ਤੇ ਹਮਲਾ ਕੀਤਾ ਜਾਂ ਲੁੱਟ ਖੋਹ ਦਾ ਮਾਮਲਾ ਲੱਗ ਜਾਂ ਪੁਰਾਣੇ ਰੰਜਿਸ਼ ਮਾਮਲਾ ਲੱਗ? ਨਹੀਂ, ਲੁੱਟ ਖੋਹ ਦਾ ਜੀ ਮਾਮਲਾ ਪੁਲਿਸ ਆਫ ਆਕਰਨ ਦੇ ਮੁਤਾਬਕ ਲੁੱਟ ਖੋਹ ਦਾ ਮਾਮਲਾ ਨਹੀਂ ਹੋ ਸਕਦਾ, ਇਹ ਮਾਮਲਾ ਕੁਛ ਹੋਰ ਆ। ਪਰ ਮੈਂ ਤੁਹਾਡੇ ਨਾਲ ਇਸ ਟਾਈਮ 'ਤੇ ਇਹ ਗੱਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਇਹ ਕਤਲ ਹੀ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ? ਹਾਂ, ਆਪਾਂ ਪਰਚਾ ਦਰਜ ਕਰਤਾ, ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ। 1-2 ਦਿਨ ਦੇ ਵਿੱਚ ਉਹਨਾਂ ਨੂੰ ਪੂਰਾ ਇਨਸਾਫ ਮਿਲੇਗਾ।